ਤੁਸੀਂ ਦੇਖ ਰਹੇ ਹੋ ਚੱਕ ਟੀਵੀ ਮੈਂ ਹਾਂ ਕਮਲਦੀਪ ਕੌਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਜਲੰਧਰ ਰੈਲੀ ਚ ਸਟੇਜ ਤੇ ਖੜ ਕੇ ਆਪਣੀ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਜਨਤਾ ਨੂੰ ਸੰਬੋਧਨ ਕਰਦੇ ਕਿਹਾ ਕਿ ਵੋਟ ਸੋਚ ਸਮਝ ਕੇ ਪਾਉਣੀ ਹੈ ਯਾਨੀ ਕਿ ਕਾਂਗਰਸੀਆਂ ਸਾਹਮਣੇ ਹੀ ਆਪਣੀ ਸਰਕਾਰ ਨੂੰ ਤੇ ਜਨਤਾ ਅੱਗੇ ਸੰਬੋਧਨ ਕਰਦੇ ਹੈ ਕਿ ਵੋਟ ਸੋਚ ਸਮਝ ਕੇ यानी कि अकाली भाजपा कांग्रेस इन्ना विचो सोच के यानी कि चन्नी सीएम चन्नी मुख्यमंत्री या नवजोत सिंह सिद्धू मुख्यमंत्री हो ए सोच समझ के चंगी तरह वोट पानी है नाल ही उन्हें सिद्धू चन्नी दे जोड़ी ते हमला भी किया है ते क्या उन्हें दोनों नु मेरे बोल बुरे भी लगते होन के पर जाखड़ नू यानी मैनू ये उम्मीद सी कि दोवें स्टेज ते इकट्ठे होणगे जो कि प्रगट सिंह दोवां नू जरूर लेके आणगे देखो जो जिहड़ी मैं चीज देखी है वो कले लीडर ते नहीं कले पंजाब ते नहीं वो देश ते उस गल दा असर होना चाहिए वो जो सारे खड़े हुए ते पंज छे साथी उत्थे बैठे रह गए उगरां साहब सीगे उन्होंने नाल उन्होंने साथी सी उत्थे बैठे ते मैं जदे पुछदा प्रगट सिंह जी उन्होंने भी तुसीं ਉਹ ਅੰਦਰ ਗਏ ਸਲਾਹ ਕਰਨ ਤੇ ਤੁਸੀਂ ਇੱਥੇ ਬੈਠੇ ਹੋ ਉਦੋਂ ਉਗਰਾਹ ਸਾਹਿਬ ਨੇ ਕਿਹਾ ਕਹਿੰਦੇ ਜੀ ਮੈਂ ਇਹਨਾਂ ਦੇ ਨਾਲ ਨਹੀਂ ਮੇਰੇ ਇਹਨਾਂ ਦੇ ਨਾਲ ਮਤਭੇਦ ਹੈਗੇ ਆਰ ਡਿਫਰੈਂਟ ਡਿਫਰੈਂਸ ਆਫ ਓਪੀਨੀਅਨ ਵਿਦ ਦੀਸ ਲੀਡਰਸ ਪਰ ਮੈਂ ਇਸ ਮੁੱਦੇ ਤੇ ਇਹਨਾਂ ਦੇ ਨਾਲ ਆ ਮਸਲਾ ਕਿਸਾਨੀ ਦਾ ਹੈ ਮਸਲਾ ਮੇਰੇ ਤੇਰੇ ਦਾ ਨਹੀਂ ਮੇਰੀ ਰਾਜੇਵਾਲ ਨਾਲ ਬੰਦੀ ਹੈ ਕਿ ਨਹੀਂ ਬੰਦੀ ਮੇਰੀ ਟ੍ਰਿਸ਼ਨ ਪਾਲ ਨਾਲ ਬੰਦੀ ਹੈ ਕਿ ਨਹੀਂ ਬੰਦੀ ਮੇਰੀ ਫਲਾਣੀ ਯੂਨਿਟ ਨਾਲ ਬੰਦੀ ਹੈ ਕਿ ਨਹੀਂ ਬੰਦੀ ਮੇਰਾ ਅੱਜ ਮੈਂ ਕਿਸਾਨੀ ਦੇ ਨਾਲ ਖੜਾ ਆਪਣੀ ਮੈਂ ਜਿਹੜੀ ਛੱਡ ਕੇ ਮੈਂ ਪਾਸੇ ਰੱਖ ਕੇ ਅੱਜ ਮੈਂ ਇਹਨਾਂ ਦੇ ਨਾਲ ਆਇਆ ਸਾਂ ਉਹ ਮੈਂ ਸਿੱਧੀ ਤਾਂ ਸਾਹਿਬ ਕਹਿੰਨੀ ਜੱਥੇ ਬੰਦੀਆਂ ਬੱਤੀ ਜਥੇਬੰਦੀਆਂ ਸਾਲ ਤੱਕ ਡਟੀ ਰਹੀਆਂ ਮੈਂ ਪ੍ਰਗਟ ਸਿੰਘ ਜੀ ਤੁਹਾਨੂੰ ਇਸ ਕਰਕੇ ਬੁਲਾ ਰਿਹਾ ਸੀਗਾ ਉਹਦਾ 32 ਬੰਦੇ ਇਕੱਠੇ ਹੋ ਗਏ ਸਾਡੇ ਤੋਂ ਦੋ ਨਹੀਂ ਸੰਭਾਲੇ ਜਾਂਦੇ ਦਰਅਸਲ ਕਾਂਗਰਸ ਦੀ ਆਪਸੀ ਖਿੱਚੋਤਾਣ ਹਾਲੇ ਤੱਕ ਖਤਮ ਨਹੀਂ ਹੋਈ ਹੈ ਜੋ ਕਿ ਬਰਕਰਾਰ ਹੈ ਤੇ ਅੱਗੇ ਹੁਣ ਹੋਰ ਭਖਦੀ ਜਾ ਰਹੀ ਹੈ ਤੇ ਮਾਮਲਾ ਹੁਣ ਇੱਕਦਮ ਧੂਲ ਫੜਦਾ ਜਾ ਰਿਹਾ ਹੈ ਤੇ ਜਾਖੜ ਨੇ ਤੇ ਆਪਣੀ ਪਾਰਟੀ ਦੇ ਨਿਸ਼ਾਨਿਆਂ ਦੀ ਝੜੀ ਹੀ ਲਾ ਦਿੱਤੀ ਹੈ ਉਸ ਮੌਕੇ ਜਨਤਾ ਸਾਹਮਣੇ ਪੰਜਾਬ ਕਾਂਗਰਸ ਦੀ ਸਟੇਜ ਤੋਂ ਕਾਫੀ ਧੱਜੀਆਂ ਉਣਾਈਆਂ ਤੇ ਕਿਹਾ ਭਾਜਪਾ ਤੋਂ ਕਾਂਗਰਸ ਨੂੰ ਨਸੀਹਤ ਲੈਣੀ ਚਾਹੀਦੀ ਕਿ ਜਿੱਦਾਂ ਪਹਿਲਾਂ ਭਾਜਪਾ ਮੈਂ ਯਾਨੀ ਸ਼ਬਦ ਦੀ ਵਰਤੋਂ ਨਾਲ ਕੋਈ ਵੀ ਬਿੱਲ ਪਾਸ ਕਰ ਦਿੰਦੀ ਸੀ ਕਿ ਜਾਂ ਲੋਕਾਂ ਤੇ ਜਨਤਾ ਤੇ ਥੋਪ ਦਿੰਦੀ ਸੀ ਕਿ ਇਹ ਬਿੱਲ ਬਹੁਤ ਵਧੀਆ ਹੈ ਤੇ ਤਾਂ ਹੈ ਕਰਕੇ ਕਿਸਾਨਾਂ ਨੇ ਸੰਘਰਸ਼ ਕੀਤਾ ਤੇ ਕਿਸਾਨੀ ਅੰਦੋਲਨ ਫਤਿਹ ਮਾਰਚ ਕੱਢ ਕੇ ਇਹ ਬਿੱਲ ਰੱਦ ਕਰਵਾਇਆ ਹੈ ਜਿਸ ਨੂੰ ਕਾਂਗਰਸੀਏ ਤੋਂ ਨਸੀਹਤ ਲੈਣੀ ਚਾਹੀਦੀ ਹੈ ਕਿ ਉਹਨਾਂ ਨੂੰ ਕਾਂਗਰਸੀਏ ਨੂੰ ਮੈਂ ਛੱਡਣੀ ਚਾਹੀਦੀ ਹੈ ਇਹ ਜਾਖੜ ਨੇ ਭਰੇ ਮੰਚ ਦੇ ਸਟੇਜ ਤੇ ਕਾਂਗਰਸੀਏ ਨੂੰ ਲਲਕਾਰੇ ਹੈ ਕਿ ਕਾਂਗਰਸੀਏ ਨੂੰ ਮੈਂ ਛੱਡ ਕੇ ਹੀ ਅੱਗੇ ਆਉਣਾ ਚਾਹੀਦਾ ਹੈ ਜਿਸ ਨਾਲ 2022 ਦੀ ਜਿੱਤ ਹਾਸਲ ਹੋ ਸਕੇ ਦੇਖੋ ਉਸ ਮੌਕੇ ਕੀ ਕੁਝ ਕਿਹਾ ਜਾਖੜ ਨੇ ਲੋਕਤੰਤਰ ਸਾਹ ਨਹੀਂ ਜਾਂਦਾ ਸੀਗਾ ਉੱਟੀ ਸਮੀ ਨਾਲ ਸਾਹ ਫੜ ਮੇਰੇ ਤੁਰਕੀ ਜਾਂਦਾ ਸੀ ਕਿਤੇ ਬਹੁਤ ਸਾਰੇ ਇੰਸਟੀਟਿਊਸ਼ਨ ਦੇ ਉੱਤੇ ਹਮਲਾ ਹੋ ਗਿਆ ਸੀਗਾ ਪਰ ਜਾਨ ਪਾਤੀ ਅੱਜ ਮੈਂ ਤੁਹਾਨੂੰ ਆਹ ਗੱਲ ਇਸ ਕਰਕੇ ਯਾਦ ਕਰਾ ਰਿਹਾ ਹਾਂ ਸਾਥੀਓ ਆਹ ਲੋਕਤੰਤਰ ਦਾ ਇਮਤਿਹਾਨ ਹੈ ਆਹ ਤਿਉਹਾਰ ਹੈ ਗੁਰਪੁਰਬ ਮੰਨ ਲਓ ਦੀਵਾਲੀ ਮੰਨ ਲਓ ਈਦ ਮੰਨ ਲਓ ਕ੍ਰਿਸਮਸ ਮੰਨ ਲਓ ਆਹ ਲੋਕਤੰਤਰ ਦਾ ਸਾਰਾ ਕੁਝ ਹੀ ਹੈ ਵੋਟਾਂ ਭੁਲੇਖੇ ਚ ਆ ਕੇ ਨਾ ਪਾ ਰਹੇ ਹੋ ਸਾਥੀਓ ਭੁਲੇਖੇ ਚ ਆ ਕੇ ਕਿਸੇ ਨੂੰ ਨਾ ਪਾਇਓ ਮੈਂ ਨਹੀਂ ਕਹਿੰਦਾ ਵੀ ਮੈਂ ਬੋਲੀ ਜਾਣਾ ਮੇਰੇ ਕਰਕੇ ਵੋਟਾਂ ਪਾ ਦਿਓ ਮੈਂ ਆ ਨਹੀਂ ਕਹਿੰਦਾ ਵੀ ਕੋਈ ਦੂਜੇ ਆਏ ਕੱਲ ਇੱਥੇ ਤਿਰੰਗਾ ਯਾਤਰਾ ਕੱਢ ਕੇ ਗਏ ਹੈ ਤਿਰੰਗਾ ਯਾਤਰਾ ਹੈ ਉਹ ਤਿਰੰਗਾ ਸਾਰਿਆਂ ਦਾ ਹੈ ਪਹਿਲਾਂ ਬੀਜੇਪੀ ਨੇ ਮਨੋਪਲੀ ਬਣਾ ਲਈ ਸੀ ਉਹ ਨਹੀਂ ਮਿਲਦੇ ਸੀਗੇ ਤੇ ਜਿੱਦਣ ਭੀੜ ਪਈ ਸੀਗੀ ਤਿਰੰਗਾ ਫਹਿਰਾਉਣ ਦੀ ਜਦੋਂ ਜ਼ਾਲਮ ਅੰਗਰੇਜ਼ 200 ਸਾਲ ਬੈਠੇ ਸੀ ਉਦੋਂ ਇਹ ਕਿੱਥੇ ਸੀਗੇ ਉਦੋਂ ਇਹ ਕਿੱਥੇ ਸੀਗੇ ਉਦੋਂ ਨਹੀਂ ਦਿਸੇ ਅੱਜ ਨੈਸ਼ਨਲਿਜ਼ਮ ਦੇ ਉੱਤੇ ਰਾਸ਼ਟਰਵਾਦ ਦੇ ਉੱਤੇ ਰਾਸ਼ਟਰਵਾਦੀ ਬਣੇ ਫਿਰਦੇ ਆ ਸਾਨੂੰ ਸਾਡੇ ਤੋਂ ਸਰਟੀਫਿਕੇਟ ਮੰਗਦੇ ਆ ਵੀ ਰਾਸ਼ਟਰੀਅਤਾ ਦਾ ਸਰਟੀਫਿਕੇਟ ਲੈ ਕੇ ਆਈਏ ਉਦੋਂ ਕਿੱਥੇ ਸੀਗੇ ਬਹਿਕਾਵੇ ਚ ਨਹੀਂ ਆਣਾ ਸਾਥੀਓ ਦੇ
ਘਟੇ ਸਾਥੀਆਂ ਨੂੰ ਚੰਗੇ ਨਾ ਲੱਗਣ। ਮੈਂ ਇੱਕ ਗੱਲ ਮੰਨਦਾ ਸਾਥੀਓ, ਆ ਮੇਰੇ 'ਚ ਬਹੁਤ ਵੱਡੀ ਕਮੀ ਹੈ। ਮੈਂ ਕਈ ਗੱਲਾਂ ਕਹਿ ਦਿੰਦਾ ਜੋ ਸਾਰਿਆਂ ਨੂੰ ਚਾਹੀਦੀਆਂ ਨੇ। ਮੈਂ ਤਾਂ ਤੁਹਾਨੂੰ ਦਾਰਾ ਦੇਣ ਲੱਗਾ ਸੀ, ਕਿਉਂ ਜਦੋਂ ਮੈਂ ਸਟੇਜ ਤੇ ਵੜਨ ਲੱਗਿਆ ਤੇ ਮੈਂ ਤੁਹਾਡੀ ਆਵਾਜ਼ ਸੁਣੀ ਗੱਡੀ ਚੋਂ ਉੱਤਰ ਕੇ ਆਈ ਜਾਂਦੇ, ਤੁਸੀਂ ਗੱਲ ਕਰ ਰਹੇ ਸੀ ਟੀਮ ਵਰਕ ਦੀ। ਮੈਂ ਤਾਂ ਅੱਜ ਤੁਹਾਨੂੰ ਇੱਕ ਮੰਚੇ ਧਾਰਨ ਕਰਕੇ ਆਇਆ ਸੀ। ਅੱਜ ਬਹੁਤ ਵੱਡਾ ਮਨ ਮਾਰਿਆ ਸਰਦਾਰ ਪ੍ਰਗਟ ਸਿੰਘ ਨੇ, ਹਮੇਸ਼ਾ ਟੀਮ ਦੀ ਗੱਲ ਕਰਤੀ, ਅੱਜ ਤਿੰਨੋਂ ਘੇਰ ਪੂਰ ਕੇ ਸਟੇਜ ਤੇ ਲਿਆਏ। ਪਰ ਚਲੋ ਅੱਜ ਕਿਸੇ ਕਾਰਨ ਨਾਲ ਨਹੀਂ ਜੁੜੇ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ। 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950